ਤਿਆਰ ਹੈ ਜੀ ਦੀਵਾਲੀ ਦੀ ਮਠਾਈ ਬਿਲਕੁਲ ਤਿਆਰ ਹੈ ਅ ਬੱਚਿਆਂ ਦੇ ਖਾਣ ਲਈ ਆਪਣੇ ਖਾਣ ਲਈ ਆ ਦੇਖ ਲਓ ਪੂਰੀ ਤਰ੍ਹਾਂ ਜਿਹੜੀ ਮਠਾਈਆ ਬਹੁਤ ਸੋਹਣੀ ਤਰੀਕੇ ਦੇ ਨਾਲ ਬੜੇ ਸਾਫ ਸਵੱਜਾਈ ਦੇ ਨਾਲ ਦੀਵਾਲੀ ਦੇ ਸਪੈਸ਼ਲ ਆਫਰ ਲਈ ਇਹ ਜਿਹੜੀ ਮਠਾਈਆ ਤਿਆਰ ਹੈ ਜੋੜਾ ਸ਼ੋੜਾ ਤਾਂ ਕਿਉਂਕਿ ਦੀਵਾਲੀ ਦੇ ਉੱਤੇ ਨਾ ਪਹਿਲਾਂ ਮੰਨ ਲਓ ਸਾਡੇ ਜਿਹੜੇ ਬਜ਼ੁਰਗ ਸੀਗੇ ਸਾਡੇ ਵੱਡ ਵੱਡ ਬਡੇਰੇ ਸੀ ਉਹ ਸਾਡੇ ਵਾਸਤੇ ਦਿਵਾਲੀ ਤੇ ਖੁਆ ਕੜਦੇ ਸੀ ਪਿੰਨੀਆਂ ਬਣਾਉਂਦੀ ਸੀ ਬਹੁਤ ਕੁਸ਼ ਕਰਦੇ ਸੀ ਘਰੇ ਪਰ ਜਿਹੜਾ ਹੁਣ ਦੌੜ ਦਾ ਜ਼ਮਾਨਾ ਹੈ ਹਨਾ ਘਰੇ ਖੇਚੜਾ ਤੁਸੀਂ ਡਰਦੇ ਆ ਤੇ ਬੱਚਿਆਂ ਲਈ ਅਸੀਂ ਬਾਜ਼ਾਰਾਂ ਚੋਂ ਜਿਆਦਾ ਖਰੀਦਣ ਲੱਗੇ ਤੇ ਉਹਦੇ ਚ ਬਾਜ਼ਾਰਾਂ ਚੋਂ ਖਰੀਦਣ ਚ ਆਪਦੇ ਆਪ ਨੂੰ ਅਸੀਂ ਫਕਰ ਵੀ ਮਹਿਸੂਸ ਕਰਦੇ ਵੀ ਨਹੀਂ ਅਸੀਂ ਆਹ ਚੀਜ਼ ਬਾਜ਼ਾਰੋਂ ਲੈ ਕੇ ਆਏ ਆ ਸੋ ਬਾਜ਼ਾਰ ਚ ਜਿਹੜਾ ਇੰਨਾ ਸਮਾਨ ਹੁਣ ਇਕੱਠਾ ਬਣਾਉਣਾ ਹੈ ਜਦੋਂ ਫੇਰ ਤਾਂ ਥੋੜਾ ਬਹੁਤਾ ਤਾਂ ਨਾ ਆਪਾਂ ਨੂੰ ਅਡਜਸਟਮੈਂਟ ਕਰਨੀ ਪਊਗੀ ਸੋ ਦੇਖੋ ਕਿਤੇ ਘਰੇ ਬਣਾ ਲਿਓ ਕੁਝ ਬੱਚਿਆਂ ਵਾਸਤੇ ਘਰੇ ਨਾਲ ਕੁਝ ਬਣਾ ਕੇ ਦੇ ਦੇ ਬੱਚਿਆਂ ਨੂੰ ਆ ਤੁਹਾਡੇ ਬੱਚਿਆਂ ਲਈ ਤਿਆਰ ਹੋ ਰਿਹਾ ਸਪੈਸ਼ਲ ਆਫਰ ਲੱਗੂਆ ਦਿਵਾਲੀ ਤੇ ਤੇ ਨਾਲੇ ਮਹਿੰਗੀਆਂ ਮਹਿੰਗੀਆਂ ਮਠਾਈਆਂ ਤੇ ਨਾਲੇ ਕਹੋ ਗਵਾਨੀਆਂ ਨੂੰ ਵੀ ਦੱਸਿਓ ਵੀ ਪਈਆਸੀ ਆ ਸਾਡੇ ਬੱਚੇ ਖਾ ਰਹੇ ਨੇ ਤੇ ਆ ਜੋ ਕੱਲਾ ਇਹੇ ਨਹੀਂ ਹੋਰ ਵੀ ਬਹੁਤ ਕੁਝ ਹੈ ਆ ਦੇਖ ਲਓ ਭਈਆਂ ਦੀ ਕਰਤੂਤ ਦੇਖ ਲਓ ਆ ਆ ਕੇ ਪੰਜਾਬ ਦੇ ਵਿੱਚ ਗੰਨੇ ਦੀ ਖਿਲਾੜ ਲਾਈ ਹੋਈ ਆ ਬੰਦਿਆਂ ਨੇ ਦੇਖੋ ਕਿੰਨਾ ਸੋਹਣਾ ਗੁੜ ਜਿਹੜਾ ਪਿਆਰ ਕਰ ਰਹੇ ਨੇ ਕੀ ਬਾਤ ਹੈ ਲਓ ਜੀ ਜਿਹੜਾ ਅੱਜ ਕੱਲ ਗੰਨਾ ਹੁੰਦਾ ਆਪਾਂ ਕਹਿੰਦੇ ਨੂੰ ਇਹਨਾਂ ਵੀ ਯਾਰ ਆਪਾਂ ਗੰਨਾ ਲੈ ਕੇ ਹੁੰਨੇ ਆਉਣੇ ਹੁੰਨੇ ਆ ਇਸ ਤੇ ਆਪਣਾ ਦੁਸ਼ਹਿਰੇ ਤੇ ਉਦੋਂ ਖਾਰਾ ਜਿਹਾ ਹੁੰਦਾ ਜੇ ਗੰਨਾ ਮਤਲਬ ਕਿ ਮਠਾਸ ਹੋਣੀ ਸ਼ੁਰੂ ਹੋਈ ਹੁੰਦੀ ਆ ਗੰਨੇ ਦੇ ਵਿੱਚ ਹਜੇ ਤੇ ਇਹਨਾਂ ਨੇ ਹੁਣ ਮਤਲਬ ਉਹੀ ਗੰਨੇ ਦਾ ਗੁੜ ਬਣਾਉਣਾ ਸ਼ੁਰੂ ਕਰਤਾ ਤੁਹਾਨੂੰ ਲੱਗਦਾ ਵੀ ਉਸ ਗੰਨੇ ਦੇ ਵਿੱਚ ਮਠਾਸ ਹੋਊਗੀ ਜਾਂ ਉਹ ਗੁੜ ਬਣੂਗਾ ਉਸ ਗੰਨੇ ਤੋਂ ਜਿਹੜਾ ਗੁੜ ਬਣ ਰਿਹਾ ਉਹ ਮਿੱਠਾ ਹੋਊਗਾ ਇਸ ਕਰਕੇ ਟੈਨਸ਼ਨ ਨਾ ਲਓ ਇਹਨਾਂ ਨੇ ਨਾਲ ਚੀਨੀ ਪਾਉਣੀ ਸ਼ੁਰੂ ਕਰਤੀ ਟੈਨਸ਼ਨ ਨਾ ਲਿਆ ਕਰੋ ਹੁਣ ਜਿਹੜਾ ਗੁੜ ਤੁਸੀਂ ਖਾਣਿਓ ਉਹ ਐ ਨਹੀਂ ਹੈਗਾ ਵੀ ਉਹ ਤੁਹਾਨੂੰ ਖਰਾਬ ਮਿਲੂਗਾ ਨੋ ਜਿਵੇਂ ਉਹਦੇ ਵਿੱਚ ਮਿੱਠਾ ਘਟ ਹੈ ਤਾਂ ਤੁਹਾਨੂੰ ਪ੍ਰੋਪਰ ਵਿੱਚ ਚੀਨੀ ਚੁੰਨੀ ਪਾ ਕੇ ਜਿਹੜਾ ਉਹਦਾ ਮਿੱਠਾ ਉਹਦੀ ਜਿਹੜੀ ਸ਼ੂਗਰ ਲੈਵਲ ਹੈ ਉਹ ਸੇਮ ਟੂ ਸੇਮ ਮਲਾ ਕੇ ਤੁਹਾਨੂੰ ਦਿੱਤਾ ਜਾਊਗਾ ਇਹ ਭਈਆਂ ਦਾ ਕੰਮ ਹੈ ਜੀ ਤੇ ਅਸੀਂ ਕਿਹੜੀ ਰੁੱਤ ਚ ਘਲਾੜ ਲੱਗਣਾ ਚਾਹੀਦਾ ਹੈ ਕਿਹੜੀ ਰੁੱਤ ਚ ਘਲਾੜ ਹੁੰਦਾ ਉਹ ਦੇਖੇ ਬਣਾਓ ਜਾਣੇ ਪਰਖੇ ਬਣਾ ਕਿਉਂਕਿ ਯਾਰ ਸਾਨੂੰ ਕਿਹੜਾ ਪਤਾ ਸਾਸੀ ਨਹੀਂ ਕਿਹੜਾ ਕਦੇ ਗੁੜ ਕੱਢੇ ਨੇ ਜਾਂ ਸਾਡੇ ਬਜ਼ੁਰਗਾਂ ਨੇ ਕਿਹੜਾ ਕਦੇ ਗੁੜ ਕੱਢ ਕੇ ਸਾਨੂੰ ਖਵਾਇਆ ਜਾਂ ਮਤਲਬ ਇਹ ਇਹ ਪੰਜਾਬ ਦਾ ਤਾਂ ਵਿਰਸਾ ਹੀ ਨਹੀਂ ਹੈ ਗੁੜ ਕੱਢਣਾ ਹਨਾ ਅਸੀਂ ਤਾਂ ਸਾਰਾ ਕੁਝ ਭੁੱਲੀ ਬੈਠੇ ਆ ਅਸੀਂ ਤਾਂ ਹੁਣ ਲੋਕਾਂ ਦੇ ਛੜਤੀਆਂ ਹੁਣ ਭਈਆਂ ਦੇ ਛੜਤੀਆਂ ਪ੍ਰਵਾਸੀ ਆਉਂਦੇ ਨੇ ਉਹ ਜਿਵੇਂ ਸਾਨੂੰ ਖਵਾਉਣਗੇ ਆਪਾਂ ਇਹ ਹੀ ਨਹੀਂ ਵੀਡੀਓ ਪਹਿਲਾਂ ਵੀ ਕਈ ਵੀਡੀਓ ਆਪਾਂ ਸ਼ੇਅਰ ਕਰ ਚੁੱਕੇ ਆ ਜਿਵੇਂ ਕਿ ਪੇਠੇ ਵਾਲੀ ਵੀਡੀਓ ਸ਼ੇਅਰ ਕੀਤੀ ਸੀ ਤੁਹਾਡੇ ਨਾਲ ਪੇਠਾ ਵੀ ਬੜੇ ਸੋਹਣੇ ਤਰੀਕੇ ਨਾਲ ਜਿਹੜਾ ਦੁਸ਼ਹਿਰੇ ਤੇ ਅਸੀਂ ਖਾਧਾ ਤੇ ਦੀਵਾਲੀ ਤੇ ਵੀ ਹੁਣ ਲੈ ਕੇ ਆਵਾਂਗੇ ਪੇਠਾ ਉਹ ਵੀ ਵੀਡੀਓ ਆਪਣੇ ਬਣਾਈ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਬੜੇ ਸੋਹਣੇ ਤਰੀਕੇ ਨਾਲ ਪੇਠਾ ਬਣਾਇਆ ਸੀਗਾ ਉਸ ਤੋਂ ਬਾਅਦ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਵੇਂ ਆਪਾਂ ਬੱਚਿਆਂ ਨੂੰ ਕਹਿ ਦਿੰਨੇ ਆ ਵੀ ਭਾਈ ਬਾਜ਼ਾਰੋਂ ਹਨਾ ਸ਼ਾਮ ਨੂੰ ਬਾਜ਼ਾਰੋਂ ਬੱਚੇ ਖਾ ਕੇ ਆਉਂਦੇ ਨੇ ਉਹ ਚੀਜ਼ਾਂ ਜਿਵੇਂ ਕਿ 버거 ਲਾਲੋ ਕਹਿੰਦਾ ਪੈਕ 버ਗਰ ਆਉਂਦੇ ਨੇ ਉਹ 버ਗਰਾਂ ਦੇ ਵਿੱਚ ਸੌਂਡ ਜਿਹੜੇ ਪਏ ਹੋਏ ਝਾਕ ਨੂੰ ਜੀ ਨਹੀਂ ਕਰਦਾ ਸੀਗਾ ਬੜਾ ਕੁਝ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਉਹ ਵੀ ਤੁਹਾਨੂੰ ਦਿਖਾਇਆ ਸੀਗਾ ਤੁਸੀਂ ਦੇਖ ਹੀ ਸਕਦੇ ਹੋ ਹੁਣ ਸਕਰੀਨ ਦੇ ਉੱਤੇ ਚੱਲ ਵੀ ਰਿਹਾ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਹੋਰ ਦੇ ਬੱਚੇ ਵੀ ਨੇ ਉਹਨਾਂ ਨੇ ਵੀ ਖਾਉਣਾ ਵਿਚਾਰਿਆਂ ਨੂੰ ਆ ਦੇਖ ਕੇ ਨਾ ਇੱਥੋਂ ਸਮਝ ਲੈਉਣਗੇ ਬਹੁਤ ਵਧੀਆ ਟੈਂਟ ਆ ਤੇ ਤੁਸੀਂ ਲਓ ਲਓ ਨਿਆਰੇ ਤੇ ਦੱਸੋ ਲੋਕਾਂ ਨੂੰ ਵੀ ਅਸੀਂ ਬਜਾਰੋਂ ਆ ਖਾ ਕੇ ਆਨੇ ਹੁੰਨੇ ਹਨ ਨਸੀਬ ਚਮਕਤੇ ਅਤੇ ਕਿਸਮਤ ਬਦਲ ਦੇ ਥੇੜਨੀ ਲਾਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤ ਉਡਵਾਉਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ